poi non è che arriva anche la gente che siete anche quei trovati. Per siete anche il pinaco per quello che poi lo ਲਾਇਦਰ ਬੜੀ ਕੁਸ਼ਤੀ ਦੀ ਜਿਹੜੀ ਸ਼ੁਰੂਆਤ ਹੋਈ ਹੈ ਸਾਹਮਣੇ ਇੱਕ ਪਾਸੇ ਵੇਚਿਆ ਨਾ ਦੂਸਰੇ ਪਾਸੇ ਕਲਵਾ ਹੈ ਕਿ ਪਿੰਡਿਆਂ ਵਿੱਚੋਂ ਦੀ ਹੋਈ ਲਿਸ਼ਕਰ ਖਾਧੀਆਂ ਹੋਈਆਂ ਖੁਰਾਕਾਂ ਪੂਰਾ ਪੂਰਾ ਜ਼ੋਰ ਦੇ ਕਰਦੇ ਕੀ ਜ਼ੋਰਾਂ ਦੀਆਂ ਬਾਤਾਂ ਕਿਹੜੇ ਵਜੇ ਤਾਂ ਦੇਖਣ ਦੇ ਲਈ ਆਉਂਦੇ ਪਿੰਡਾਂ ਦੇ ਪਿੰਡ ਜਿਹਦੇ ਵਿੱਚ ਭਲਵਾਨ ਘੁੰਮਦੇ ਸਾਨੂੰ ਕਹਿੰਦੇ ਲੋਕੀ ਛਿੰਝ ਜਿਹਦੇ ਵਿੱਚ ਮੰਨ ਘੁੰਮਦੇ ਸਾਨੂੰ ਕਹਿੰਦੇ ਲੋਕੀ ਛਿੰਝ ਲੋ ਫਿਰ ਦੋਸਤਾਂ ਦੇ ਬੱਬਰ ਸ਼ੇਰ ਵੱਲ ਮੈਦਾਨ ਦੇ ਵਿੱਚ ਜੋ ਦਿਖਾ ਰਹੇ ਹੈ ਢੋਲੀ ਭਲਵਾਨੋ ਭਲਵਾਨੋ ਚਲੋ ਪਿੱਛੇ ਚਲੋ ਪਿੱਛੇ ਚਲੋ ਪਿੱਛੇ ਚਲੋ ਪਿੱਛੇ ਕੱਪੜ ਕੋਈ ਭਲਵਾਨ ਦਾ ਭਲਾ ਨਹੀਂ ਚਾਹੀਦਾ ਕੋਈ ਮੇਰੇ ਭਲਵਾਨ ਨੂੰ ਸਿੱਧਾ ਕਿ ਰੱਖਣਾ ਚਾਹੀਦਾ ਭਲਵਾਨੋ ਕਿਸੇ ਵੇਲੇ ਬਣਾਓ ਇਹ ਨਾ ਹੋਏ ਕਿ ਸਾਨੂੰ ਕਮੇਟੀ ਮੈਂਬਰ ਕਮੇਟੀ ਵਲੰਟੀਅਰਸ ਲਾ ਕੇ ਤੁਹਾਨੂੰ ਫੜ ਕੇ ਚੁੱਕ ਕੇ ਪਿੱਛੇ ਕਰਨਾ ਪਵੇ ਜਲਦੀ ਹੈ ਕਲਵੇ ਦੇ ਮੇਜਰ ਵਾਲੀ ਸਾਡੇ ਜਗਦੀਪ ਬੈਲ ਜੀ ਰਾਣੀਪੁਰ ਵਾਲੇ ਕਹਿੰਦੇ ਆ ਜੇਤੂ ਮੰਨ ਦੇ ਲਈ 500 ਦੇ ਬੰਦ ਸਮਾਨ ਜਿਹੜੇ ਉਹਨਾਂ ਵੱਲੋਂ ਹੋਣਗੇ ਨੱਬੂ ਬੈਲ ਜੀ ਰਾਣੀਪੁਰ ਆਹ ਜਿਹੜੀ ਕੁਸ਼ਤੀ ਚੱਲਦੀ ਹੈ ਜੇਤੂ ਮੰਨ ਦੇ ਲਈ 500 ਦੇ ਜਿਹੜੇ ਬੰਦ ਸਮਾਨ ਹੋਣਗੇ ਮੇਜਰ ਦੇ ਕਲਵੇ ਵਾਲੀ ਕੁਸ਼ਤੀ ਲਈ ਬਹੁਤ ਵਧੀਆ ਮੁਕਾਬਲਾ ਜਿਹੜਾ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦੇ ਦਰਮਿਆਨ ਚੱਲਦਾ ਦੇਖੋ ਕੌਣ ਜਿੱਦਾ ਕੌਣ ਹਰਦਾ ਹੈ ਬਾਤਾਂ ਸਮੇਂ ਦੀਆਂ ਹੋਣਗੀਆਂ ਅੱਜ ਦੋਸਤਾਂ ਦੇ ਵੱਡੇ ਮੰਨ ਜਿਹੜੇ ਮੈਦਾਨ ਦੇ ਵਿੱਚ ਜੋਰ ਦਿਖਾ ਰਹੇ ਹੈ ਚਾਬਾ ਚਾਬਾ ਪਹਿਲਵਾਨੋ ਲਾਓ ਜੋਰ ਮਾਰੋ ਹੱਲਾ ਬਹੁਤ ਵਧੀਆ ਕੁਸ਼ਤੀ ਜਿਹੜੀ ਚੱਲਦੀ ਹੈ ਉੱਪਰਲੇ ਪਾਸੇ ਕਲਵਾਏ ਬਾਤ ਵਾਲਾ ਹੇਠਲੇ ਪਾਸੇ ਮੇਜਰ ਬਲਵਲੇ ਫੇਰਾ ਬਾਬਾ ਨਾਨਕ ਚਾਹਦੇ ਹੋਏ ਕੁਸ਼ਤੀ ਜਿਹੜੀ ਇਹਨਾਂ ਗੱਭਰੂਆਂ ਦੇ ਦਰਮਿਆਨ ਚਾਬਾ 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 ਬਈ ਆਦਰ ਵੀ ਦੋ ਵਧੀਆ ਕੁਸ਼ਤੀਆਂ ਚੱਲਦੀਆਂ ਨੇ ਕਹਿੰਦਾ ਕਰ ਕਰ ਮਿਹਨਤਾਂ ਜਿਸੇ ਕਮਾਉਣ ਗੱਭਰੂ ਕਿਆ ਕਰ ਜ਼ੋਰ ਵਿਕਦਾ ਨਹੀਂ ਦੋਸਤੋ ਵਿੱਚ ਮੰਡੀ ਪੀਪੀ ਅੱਧ ਰਿੜ ਕੇ ਬੈਠਕਾ ਲਾਉਂਦੇ ਗਰਮੀ ਹਾਰ ਦੀ ਹੋਵੇ ਚਾਹੇ ਖੰਡ ਤੋੜ ਛੱਡੀ ਆ ਰੱਬ ਦੀ ਮਿਹਰ ਬਾਕਿਆਂ ਦੇ ਦੇਣ ਸਦਕਾ ਆਪਣੇ ਆਪ ਨੂੰ ਇਹ ਜਾਣ ਜੱਡੀ ਸਿਲੇ ਕਮਾਉਣ ਉਸਤਾਦਾਂ ਦੇ ਕੋਲ ਜਾ ਕੇ ਇਹਨੇ ਕਿ ਤਾਂ ਜਾ ਕੇ ਹੁੰਦੀ ਹੈ ਮੈਦਾਨ ਵਿੱਚ ਝੰਡੀ ਇਹਨੇ ਕਿ ਤਾਂ ਜਾ ਕੇ ਹੁੰਦੀ ਹੈ ਮੈਦਾਨ ਵਿੱਚ ਝੰਡੀ ਵਾਹ ਜੀ ਵਾਹ ਫਾਦਰ ਅੰਮ੍ਰਿਤ ਪਾਇਆ ਅੰਮ੍ਰਿਤ ਭਰਾ ਸਾਡੇ ਕਰਵਾਲੇ ਵਾਲੇ ਠੇਕੇਦਾਰ ਸਾਹਿਬ ਉਹ ਵੀ ਜਿਹੜੇ ਕਹਿੰਦੇ ਜਿੱਤੇ ਤੌਰ ਤੇ ਸਾਡੇ ਵਿੱਚ ਪਹੁੰਚੇ ਹੈ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅੰਮ੍ਰਿਤ ਠੇਕੇਦਾਰ ਜੀ ਦਾ ਚਲੋ 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 ਸ਼ਾਬਾਸ਼ 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 ਬਈ ਢੋਲੀ ਜੀ ਢੋਲੀ ਜੀ ਫਾਦਰ ਸਾਡੇ ਵਿੱਚ ਗੌਤਮ ਪਹਿਲਵਾਨ ਜੀ ਮਹਿਤਪੁਰ ਵਾਲੇ ਉਹ ਵੀ ਜਿਹੜੇ ਕਹਿੰਦੇ ਸਾਡੇ ਵਿੱਚ ਚੇਤੇ ਤੌਰ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਗੌਤਮ ਪਹਿਲਵਾਨ ਜੀ ਵਾਲੇ ਉਹ ਵੀ ਜਿਹੜੇ ਕਹਿੰਦੇ ਸਾਡੇ ਨਾਲ ਅੱਜ ਦੇ ਸਕੂਤੀ ਦੰਗਲ ਦੇ ਨਾਲ ਬਹੁਤ ਵੱਡੀ ਹਾਜ਼ਰੀ ਲੈ ਕੇ ਪਹੁੰਚੇ ਨੇ ਆਪਾਂ ਤਾਂ ਇਹਨਾਂ ਨੂੰ ਧੰਨਵਾਦ ਕਰਦੇ ਭਰਵਾਂ ਸਵਾਗਤ ਇੱਧਰ ਭਾਰਤੀ ਪਹਿਲਵਾਨ ਜੀ ਚਲਵਾੜੇ ਵਾਲੇ ਉਹ ਵੀ ਚੇਤੇ ਤੌਰ